दो मिनट लगो दे भी बजा दिए ना। मैं हरेक भाई नूं कहिंदा भी जे लगोजे बहुत सौखे है 10-15 दिन के बीच आ जांदे सिखणे, जिहड़े खुद कह दिंदे जी 4 साल लगदे 3 गल ते झूठ बोलदे, तुसीं आ जाओ मेरे कोल पुछ लो जो जिहड़ा कोई पुछणा लगोजे बारे, क्योंकि मैं हुण 60 साल मगरों बजाउण लग्गिआ ते मेरा प्यो बजांदा तां मैं उहदे कोलों सिखिआ ते मैं तां हफ्ते 10 दिन में सिख गिआ। चलो इक हैगा वी सुर नहीं आउंदे, ਇਹ ਜਿਹੜੀਆਂ ਸੁਰਾਂ ਗੀਆਂ ਇਹ ਕਿਸੇ ਚੰਗੇ ਕੋਲੋਂ ਤੁਸੀਂ ਹਫ਼ਤੇ 10 ਦਿਨ ਮੈਂ ਸਿੱਖ ਸਕਦੇ, ਕੋਈ ਖਾਸ ਔਖੀ ਨਹੀਂ। ਇਹ ਆਪਣਾ ਪੁਰਾਣਾ ਸੱਭਿਆਚਾਰ ਛੱਡੋ ਨਾ, ਇਹ ਬਹੁਤ ਚੰਗਾ ਗਾ ਅਤੇ ਆਪਣਾ ਮਨੋਰੰਜਨ ਵੀ ਹੋ ਜਾਣਾ, ਤੁਹਾਡਾ ਸਿਹਤ ਕਾ ਵੀ ਸਿਹਤ ਵੀ ਠੀਕ ਰਹੂਗੀ, ਕਿਉਂਕਿ ਜ਼ੋਰ ਲੱਗੂਗਾ ਮਾੜਾ ਜਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਪੰਦਰਾਂ ਕਰੀ। ਇਹ ਲਿਖੋ ਜੀ, ਮੈਂ ਹੁਣ ਮੇਰੇ ਪੋਤੇ ਦਾ ਵਿਆਹ ਤਾ 15 ਅਪ੍ਰੈਲ ਦਾ, ਉਹ ਅਸੀਂ ਪਹਿਲਾਂ ਤਾਂ ਬਾਜੇ ਬੁੱਜੇ ਵਾਲੇ ਬੁਲਾਏ ਕਰਦੇ ਸੀ, ਉਹ ਦੂਏ ਬੈਂਡ ਬੋਜੇ ਵਾਲੇ, ਇਹਦੇ ਕਿ ਫਿਰ ਸਾਡੇ ਮੁੰਡੇ ਲੱਗੇ ਕਹਿਣ, ਕਹਿੰਦੇ ਪਾਪਾ ਜੀ ਅਸੀਂ ਕਿ ਮਲਵਈ ਗਿੱਧੇ ਵਾਲੇ ਬੁਲਾਉਣੇ ਹੈ। ਮੈਂ ਉਹਨਾਂ ਨੇ ਫਿਰ ਮਲਵਈ ਗਿੱਧੇ ਵਾਲੇ ਬੁਲਾਏ, ਉਹ 7 ਮੈਂਬਰ ਹੁੰਦੇ ਹੈ, ਉਹ ਲੱਗੇ ਕਹਿਣ, ਕਹਿੰਦੇ ਗੁਰਦੁਆਰਾ ਜਾਣ ਦਾ ਮੱਥਾ ਟੇਕਣ, ਘਰ 'ਚੋਂ ਤਿਆਰੀ ਕਰ ਰਹੇ ਤੇ ਉਹ ਆਪਣੇ ਚਾਦਰੇ ਲਾ ਲੂ ਕੇ ਜਾਕਟਾਂ ਜੂਟਾਂ ਪਾ ਕੇ ਆ ਗਏ, ਕਹਿੰਦੇ ਅੰਕਲ ਜੀ ਲਗੋ ਜੇ ਤੁਸੀਂ ਵਜਾਉਣੇ ਜ਼ਰੂਰ ਹੈ। ਇੱਕ ਤਾਂ ਦੋ ਕੁ ਜਗ੍ਹਾ ਵਜਾਏ ਲਗੋ ਜੇ, ਕਹਿੰਦਾ ਵੀ ਇਹ ਅਸੀਂ ਇੱਥੇ ਜੇ ਭੰਗੜਾ ਪਾਉਣਾ ਨਾ ਜਾਣਾ ਗੁਰਦੁਆਰਾ, ਕਹਿੰਦਾ ਇੱਥੇ ਮਨੋਰੰਜਨ ਕਰਨਾ ਲਗੋ ਜੇ ਜ਼ਰੂਰ ਵਜਾਉਣੇ ਤੁਸੀਂ। ਫਿਰ ਮਹਾ 5-10 ਮਿੰਟ ਕੋਈ ਨਾ, ਮਾਂ ਕਹਿੰਦਾ ਕਿੰਨੀ ਵਜਾ ਲਿਓ, ਮਹਾਂ ਜਿੰਨਾ ਤੁਸੀਂ ਕਹੋਗੇ 5-7-10-15 ਵਜਾ ਦੇਵਾਂਗਾ ਉਨਾ ਕੁ ਮੈਂ। ਫਿਰ ਉਹ ਲੱਗੇ ਕਹਿਣ ਵਜਾਉਣੇ ਹੈਗੇ ਲਗੋ ਜੇ, ਵੀ ਨਾ ਕਹਾ ਮਲਵਾਈ ਕਿੱਦਾਂ ਜੱਚਦਾ ਨਹੀਂ ਹੈ। ਫਿਰ ਉਹ ਇੱਕ ਨਾ ਮੈਕ ਫਕੜ ਲਿਆ ਅਤੇ ਉਹ ਨੱਚਣ ਲੱਗ ਗਏ, ਅਤੇ ਫਿਰ ਮੈਂ ਲਗੋਜੇ ਵਜਾਏ ਭਾਈ 5-7 ਮਿੰਟ ਜਿਹੜੇ ਪਤਾ ਨਹੀਂ ਕਿੰਨੇ ਕੁ ਉਹਦੇ ਵਿੱਚ, ਅਤੇ ਬਹੁਤ ਸੋਹਣਾ ਮਨੋਰੰਜਨ ਹੋ ਗਿਆ ਅਤੇ ਪਰਮਾਤਮਾ ਨੇ ਵਿਆਹ ਵੀ ਸੋਹਣਾ ਕਰ ਲਿਆ।
ਤੇ ਖੁਸ਼ੀ ਦਾ ਖੇੜਾ ਵੀ ਚੰਗਾ ਹੋ ਗਿਆ, ਸਾਡੇ ਵੀ ਮਨੋਰੰਜਨ ਹੋ ਗਏ, ਨਾਲੇ ਉਹਨਾਂ ਦਾ ਵੀ ਹੋ ਗਿਆ। ਕਹਿੰਦੇ ਅਲਗੋਜਿਆਂ ਵਾਲੇ ਤਕਰੀਬਨ ਜਾਣ ਕੇ ਨਾ ਲਿਆਂਦੇ, ਅਲਗੋਜਿਆਂ ਵਾਲਾ 4,000 ਰੁਪਇਆ ਲੈਂਦਾ ਅੱਜ ਕੱਲ੍ਹ, 15-20 ਮਿੰਟ ਦਾ, ਅੱਧੇ ਘੰਟੇ ਦਾ 4,000 ਲੈ ਲੈਂਦੇ। ਚਲੋ ਉਹਨਾਂ ਦਾ ਵੀ ਘਰ ਪੂਰਾ ਹੋ ਗਿਆ, ਮੈਂ ਪੋਤੇ ਕੇ ਵਿਆਹ ਮੈਂ ਆਪਣਾ ਅਲਗੋਜੇ ਵਜਾ ਕੇ ਮੈਂ ਵੀ ਖੁਸ਼ੀ ਪੂਰੀ ਕਰ ਲਈ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੇ 10 ਵੀਡੀਓ ਭੇਜੀਆਂ ਭਾਈ ਤੁਹਾਡੇ ਪਾਸ, ਤੇ ਇਕੱਲੀ ਇਕੱਲੀ ਆਪਣੇ ਤੁਸੀਂ ਮੇਰੇ ਪਾਸ ਮੋਬਾਈਲ ਫੋਨ ਵੀ ਨਹੀਂ, ਤੁਹਾਨੂੰ ਮੈਨੂੰ ਪਤਾ ਇਹਨਾਂ ਚੀਜ਼ਾਂ ਦਾ, ਤੁਸੀਂ ਆਪਣੇ ਮੋਬਾਈਲ ਫੋਨਾਂ 'ਚ ਕੱਢ ਕੇ ਦੇਖ ਲਿਓ, ਕਿਉਂਕਿ ਇੱਕ ਤਾਂ ਹੋ ਗਿਆ ਮੈਂ 50 ਸਾਲ ਹੋ ਗਏ ਗਾਉਣਾ ਵਜਾਉਣਾ ਛੱਡੇ ਨੂੰ, ਅਤੇ ਕੋਈ ਰਿਹਰਸਲ ਨਹੀਂ, ਕੋਈ ਕੁਛ ਨਹੀਂ, ਉਰੇ ਇਕੱਲੀ ਪੰਜਾਬੀ ਨਹੀਂ ਲਾਇਆ ਹੋਵਾ, ਬਾਹਰ ਟੀਨਾਂ ਕੇ ਥੱਲੇ ਬੈਠੇ ਬੋਲ ਰਿਹਾ ਮੈਂ, ਅਤੇ ਕੋਈ ਵੀ ਗਲਤੀ ਹੋਏ ਤਾਂ ਮਾਫ਼ ਕਰ ਦੇਣਾ, ਕਿਉਂਕਿ ਸ਼ਬਦ ਕੋਈ ਘੱਟ ਵੱਧ ਵੀ ਬੋਲਿਆ ਜਾਂਦਾ, ਕਿ ਉਹ ਬੜੇ ਪਾਉਂਦਾ ਨਾ, ਇਹ ਬੜੇ ਮੈਂ ਸਾਰਾ ਕੁਝ ਚੱਲਦਾ ਨਾ।